ਮੌਕਾ ਸੀ। ਐਵੇਂ ਨਹੀਂ ਤਖ਼ਤ ਹਿੱਲੇ, ਐਵੇਂ ਨਹੀਂ ਅਗਲੇ ਨੇ ਕਿਹਾ ਮੇਰੀ ਤਪੱਸਿਆ 'ਚ ਕਿਤੇ ਕਮੀ ਰਹਿ ਗਈ ਹੈ, ਨਹੀਂ ਤਾਂ ਸਰਕਾਰਾਂ ਕੋਲ ਲਿਖੇ ਹੋਏ ਬਣਾਏ ਹੋਏ ਕਾਨੂੰਨ ਵਾਪਸ ਲੈਣਾ ਕੋਈ ਸੌਖੀ ਗੱਲ ਬੋਲ ਕੇ ਦੱਸਿਓ ਨਹੀਂ ਹੈ। ਕਿਉਂਕਿ ਇਹ ਅੰਦੋਲਨ ਟਰਾਲੀਆਂ 'ਚ ਉੱਠਿਆ ਸੀ, ਇਹ ਅੰਦੋਲਨ ਟਰਾਲੀਆਂ 'ਚੋਂ ਆਸਾ ਕੀ ਵਾਰ ਅਤੇ ਜਪਜੀ ਸਾਹਿਬ ਦੀ ਵਿਚਾਰ 'ਚ ਉੱਠਿਆ ਸੀ, ਜਿੱਥੇ ਸਵੇਰੇ ਉੱਠ ਕੇ ਬਜ਼ੁਰਗ ਗੁਰਬਾਣੀ ਪੜ੍ਹਦੇ ਸੀ, ਸ਼ਾਮੀ ਸੋਦਰ ਦਾ ਪਾਠ ਕਰਦੇ ਸੀ, ਸਵੇਰੇ ਉੱਠ ਕੇ ਝਾੜੂ ਪੋਚੇ ਲਾਉਂਦੇ ਸੀ। 10 ਦਿਨ ਕਿਤੇ ਘਰੋਂ ਬਾਹਰ ਰਹੀਏ ਤਾਂ ਲਾ ਕੇ ਗੰਦਗੀ ਪੈ ਜਾਂਦੀ ਹੈ। ਪਿਛਲੇ ਸਾਲ 25-26 ਨਵੰਬਰ ਦੇ ਆਏ ਨੇ, ਜਾ ਕੇ ਸਫਾਈ ਵੇਖੋ ਉੱਥੇ। ਮੈਨੂੰ ਇਹ ਵਿਸ਼ਵਾਸ ਹੈ ਜਦੋਂ ਉੱਠ ਕੇ ਜਾਵਾਂਗੇ ਬਾਅਦ ਵਿੱਚ ਗੰਦ ਜ਼ਿਆਦਾ ਹੋਏਗਾ, ਹੁਣ ਸਫਾਈ ਜ਼ਿਆਦਾ ਹੈ। ਸੜਕਾਂ 'ਤੇ ਝਾੜੂ ਲੱਗਦੇ ਨੇ, ਪੋਚੇ ਲੱਗਦੇ ਨੇ, ਸਵੇਰੇ ਕਈ ਸਵੇਰੇ ਤਿਆਰ ਹੋ ਕੇ ਕਿਸਾਨਾਂ ਨੇ ਉਹਨਾਂ ਲਈ ਚਾਹ ਦਾ ਕੇਟਲ ਬਣਾ ਕੇ ਰੱਖਿਆ ਹੁੰਦਾ, ਚਾਹ ਪੀਂਦੇ ਨੇ, ਨਾਲ 2 ਰਸ ਲੈਂਦੇ ਨੇ, ਆਪਣੀ ਜੌਬ 'ਤੇ ਜਾਂਦੇ ਨੇ। ਸਰਕਾਰ ਨੂੰ ਦੱਸ ਦੇਈਏ ਜਦੋਂ ਇੱਥੋਂ ਉੱਠ ਕੇ ਚਲੇ ਗਏ ਬਹੁਤਿਆਂ ਦਾ ਜੀ ਨਹੀਂ ਲੱਗਣਾ, ਬਹੁਤਿਆਂ ਨੂੰ ਮਹਿਸੂਸ ਹੋਣਾ ਜਦੋਂ ਘਰ ਜਾ ਕੇ ਚਾਹ ਬਣਾਉਣੀ ਪੈਣੀ ਹੈ। ਇਸ ਅੰਦੋਲਨ ਨੇ ਬੜਾ ਕੁਛ ਸਿਖਾਤਾ, ਬੜਾ ਕੁਛ, ਹਰ ਇੱਕ ਪੱਖ ਦਾ ਲੰਗਰ ਲੱਗਾ, ਹਰ ਇੱਕ ਪੱਖ ਦਾ। ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਬਦਾਮਾਂ ਦਾ ਲੰਗਰ ਲੱਗਾ ਵੇਖਿਆ ਸੀ? ਫਰਿੱਜਾਂ ਦਾ ਲੰਗਰ, ਕੂਲਰਾਂ ਦਾ ਲੰਗਰ, ਪੱਖਿਆਂ ਦਾ ਲੰਗਰ, ਇਹ ਕਿੱਥੋਂ ਹੋਇਆ? ਇਹ ਗੁਰੂ ਨਾਨਕ ਸਾਹਿਬ ਤੁਹਾਡੀ ਵਿਚਾਰਧਾਰਾ ਦੀ ਦੇਣ ਹੈ। ਤੁਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਨੂੰ ਸਿਖਾ ਤਾ ਆਪਣੇ ਹੱਕਾਂ ਪ੍ਰਤੀ ਇੱਦਾਂ ਵੀ ਲੜਿਆ ਜਾ ਸਕਦਾ ਹੈ। ਸੁਚੇਤ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਲੜਨਾ ਹੈ, ਤਾਂ ਕਿ ਅੱਗੇ ਤੋਂ ਸਰਕਾਰਾਂ ਕੋਈ ਵੀ ਇਹੋ ਜਿਹਾ ਕਾਲਾ ਕਾਨੂੰਨ ਪਾਸ ਕਰ ਲੱਗਿਆਂ 100 ਵਾਰ ਸੋਚਣ ਕਿ ਇਹਨਾਂ ਨਾਲ ਪੰਗਾ ਨਾ ਲਿਓ, ਇਹ ਆਣ ਕੇ ਦਿੱਲੀ ਦੇ ਬਾਰਡਰਾਂ 'ਤੇ ਬੋਲੋ ਜੀ ਬਹਿ ਜਾਂਦੇ ਨੇ। ਕਈ ਬੰਦੇ ਭੁਗਤਦੇ ਸਰਕਾਰਾਂ ਵਿੱਚ ਬੈਨੀਫਿਟ ਦੇ। ਕਮਾਲ ਦੀ ਗੱਲ, ਕਿਸਾਨਾਂ ਨੇ ਮਜਬੂਰ ਕਰ ਦਿੱਤਾ ਮੰਤਰੀਆਂ ਨੂੰ ਅਸਤੀਫੇ ਦੇਣ ਲਈ। ਅਕਾਲੀਆਂ ਦੇ ਕਈ ਲੀਡਰ ਐਸੇ ਸੀ ਜਿਹੜੇ ਪਹਿਲਾਂ ਬੈਨੀਫਿਟ ਦੱਸਦੇ ਰਹੇ ਇਸੇ ਇਸੇ ਹੀ ਕਾਲੇ ਕਾਨੂੰਨ ਦੇ, ਵੀ ਇਹਦਾ ਆਹ ਫਾਇਦਾ, ਇਹਦਾ ਆਹ ਫਾਇਦਾ। ਜਦੋਂ ਅਗਲਿਆਂ ਨੇ ਘੇਰਾ ਪਾਇਆ, ਹੁਣ ਅੱਜ ਹੀ ਇੱਕ ਬੰਦਾ ਲਿਖ ਰਿਹਾ ਸੀ, ਸਾਡੇ ਵੀਰ ਵਿਖਾ ਰਿਹਾ ਸੀ, ਉਹ ਕਹਿੰਦਾ ਕਾਨੂੰਨ ਤਾਂ 3 ਰੱਦ ਹੋ ਗਏ, ਹੁਣ ਆਹ ਜਿਹੜੇ ਫਾਸਟੈਗ ਜਿਹੜੇ ਆ ਲੱਗਿਆ ਕਰਨੇ ਹੁਣ ਟੋਲ ਪਲਾਜ਼ਿਆਂ 'ਤੇ, ਇਹ ਰੀਚਾਰਜ ਕਰਾਉਣੇ ਪੈਣੇ ਆ। ਕਿਸਾਨਾਂ ਬਦਲੇ ਤਾਂ ਲੋਕਾਂ ਵਾਂਢੇ ਬੜੇ ਵੇਖੇ, ਰਿਸ਼ਤੇਦਾਰਾਂ ਕੋਲ ਬੜੇ ਗਏ, ਵੀ ਜਦੋਂ ਦਿੱਲੀ ਤੋਂ ਪੰਜਾਬ ਨੂੰ ਜਾਣਾ ਕੋਈ ਟੋਲ ਪਲਾਜ਼ਾ ਨਹੀਂ ਹੈ, ਜਾਂਦੇ ਜਿਵੇਂ ਭੂਆ ਦੇ ਵਿਆਹ ਚੱਲੇ ਹੁੰਦੇ ਨੇ, ਐਨ ਨਜ਼ਾਰੇ ਨਾਲ ਕੋਈ ਰੋਕਣ ਵਾਲਾ ਨਹੀਂ। ਹੁਣ ਪਤਾ ਲੱਗਣਾ ਜਦੋਂ ਅਗਲਿਆਂ ਨੇ ਕਹਿਣਾ 150 ਦੇ ਕੇ ਲੰਘ, ਫੇਰ ਪਤਾ ਲੱਗਣਾ ਇਹ ਕਿਸਾਨ ਬੈਠਾ ਸੀ, ਕਿਸਾਨ ਦੀ ਪਾਵਰ ਕਿੱਡੀ ਵੱਡੀ ਸੀ। ਆਮ ਝੰਡੇ ਵਾਲੇ ਨੂੰ ਕਿਸੇ ਪਾਰਟੀ ਦਾ ਝੰਡਾ ਲੱਗਾ ਹੋਵੇ ਅਗਲੇ ਘੇਰਦੇ ਸੀ, ਕਿਸਾਨੀ ਦਾ ਝੰਡਾ ਲੱਗਾ ਹੋਵੇ ਤਾਂ ਪੁਲਿਸ ਵਾਲੇ ਕਹਿੰਦੇ ਲੰਘ ਜਾਓ ਭਾਈ, ਇਹਦੇ ਨਾਲ ਪੰਗਾ ਨਾ ਲਿਓ, 5 ਬੰਦੇ ਇੱਥੇ ਵੀ ਆਣ ਕੇ ਬਹਿ ਜਾਣੇ ਜੀ।